ਅੱਜ ਕੋਰ ਕਮੇਟੀ ਦਾ ਗਠਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰ ਦਿੱਤਾ ਗਿਆ ਹੈ ਤੇ ਅੱਜ ਦੇ ਦਿਨ ਹੀ ਧਰਮ ਯੁੱਧ ਮੋਰਚੇ ਦੀ ਜਿਹੜੀ ਸ਼ੁਰੂਆਤ ਹੈ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਸੀਗੀ। ਇੱਕ ਵਾਰੀ ਫਿਰ ਨਵੀਂ ਸ਼ੁਰੂਆਤ ਨਵੀਂ ਪਾਰੀ ਖੇਡਣ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਬਰ ਤਿਆਰ ਹੈ ਤੇ 23 ਮੈਂਬਰਾਂ ਨੂੰ ਜਿਹੜੀ ਕੋਰ ਕਮੇਟੀ ਦੇ ਵਿੱਚ ਜਿਹੜੀ ਉਹ ਜਗ੍ਹਾ ਦਿੱਤੀ ਹੈ ਤੇ 4 ਸਪੈਸ਼ਲ ਇਨਵਾਈਟੀ ਨੇ ਜਿਹੜੇ ਉਹ ਰੱਖੇ ਗਏ ਨੇ। ਅੱਜ ਦੇ ਦਿਨ ਹੀ ਜਿਹੜੀ ਹੈ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੋਈ ਸੀਗੀ ਤੇ ਅੱਜ ਦੇ ਦਿਨ ਹੀ ਤੁਹਾਡੇ ਵੱਲੋਂ ਇੱਕ ਵਾਰ ਫਿਰ ਸ਼ੁਰੂਆਤ ਕੀਤੀ ਗਈ ਹੈ ਨਵੀਂ ਕੋਰ ਕਮੇਟੀ ਬਣਾ ਕੇ। ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਨਾਲ ਧਰਮ ਯੁੱਧ ਮੋਰਚੇ ਦੀ ਜਿਹੜੀ ਹੈ ਜਿੱਤ ਹੋਈ ਸੀ, ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਪਾਰਟੀ ਦਾ ਰਿਵਾਈਵਲ ਹੈ? ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਬੜੀ ਕੁਰਬਾਨੀਆਂ ਤੋਂ ਬਾਅਦ ਇਹ ਪਾਰਟੀ ਬਣੀ ਹੈ। ਹਮੇਸ਼ਾ ਇਸ ਪਾਰਟੀ ਦਾ ਆਪਣੇ ਗੁਰੂ 'ਤੇ ਭਰੋਸਾ ਰਿਹਾ। ਇਨਸਾਨ ਆ ਉੱਚੇ ਅੱਡੇ ਹੋ ਨਹੀਂ ਸਕਦੇ, ਜੋ ਪਾਰਟੀਆਂ 'ਚ ਕੰਮ ਕਰਦੇ ਨੇ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ, ਲੇਕਿਨ ਅਕਾਲੀ ਦਲ ਹਮੇਸ਼ਾ ਗੁਰੂ ਦੇ ਭਰੋਸੇ 'ਤੇ ਸਾਰੀਆਂ ਲੜਾਈਆਂ ਲੜਦਾ। ਸੋ ਅੱਜ ਵੀ ਇਹ ਟੈਂਪਰੇਰੀ ਹਾਲਾਤ ਹੁੰਦੇ ਨੇ, ਕੋਈ ਵੀ ਦੁਨੀਆ 'ਤੇ ਐਸੀ ਚੀਜ਼ ਨਹੀਂ ਜਿਹੜੀ ਸਦਾ ਇਕਸਾਰ ਰਹੇ। ਜਿਵੇਂ ਜ਼ਿੰਦਗੀ ਦੇ ਉਤਾਰ ਚੜ੍ਹਾਅ ਨੇ, ਦਿਨ ਅਤੇ ਰਾਤ ਹੈ, ਗਰਮੀ ਅਤੇ ਸਰਦੀ ਹੈ, ਮੀਂਹ ਹੈ, ਸੋਕਾ ਹੈ, ਹਰ ਚੀਜ਼ ਦਾ ਅਦਲ ਬਦਲ ਹੈ। ਇਸ ਕਰਕੇ ਇਹਨੂੰ ਤੁਸੀਂ ਕਹਿੰਦੇ ਰਿਵਾਈਵਲ, ਇਹ ਤਾਂ ਟੈਂਪਰੇਰੀ ਫੇਜ਼ ਹੈ। ਰਿਵਾਈਵਲ ਦਾ ਕੋਈ ਮਤਲਬ ਨਹੀਂ, ਐਡੀ ਵੱਡੀ ਕੁਰਬਾਨੀ ਵਾਲੀ ਜਮਾਤ ਨੂੰ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਪਾਰਟੀ ਚੜ੍ਹਦੀ ਕਲਾ 'ਚ ਨਾ ਰਹੇ। ਤੁਹਾਡੇ ਪੁਰਾਣੇ ਸਾਥੀ ਸੀਗੇ, ਹਾਲਾਂਕਿ ਕੋਰ ਕਮੇਟੀ ਡਿਸੋਲਵ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹਿਰਾ ਦੀ ਗੱਲ ਕੀਤੀ ਜਾਵੇ, ਸੁਰਜੀਤ ਰੱਖੜਾ ਦੀ ਗੱਲ ਕੀਤੀ ਜਾਵੇ, ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦੀ ਗੱਲ ਕੀਤੀ ਜਾਵੇ, ਤਾਂ ਤਮਾਮ ਉਹ ਚਿਹਰੇ ਜੋ ਕਦੇ ਅਕਾਲੀ ਦਲ ਦੇ ਜਿਹੜੇ ਫੇਸਿਸ ਹੁੰਦੇ ਸੀਗੇ ਉਹ ਇਸ ਵਕਤ ਵਾਰ ਜ਼ਰੂਰ ਕਰ ਦਿੱਤੇ ਗਏ ਨੇ, ਲੇਕਿਨ ਉਹਨਾਂ ਦੀ ਥਾਂ ਦੇ ਉੱਤੇ ਸਿਰਫ ਔਰ ਸਿਰਫ ਇੱਕ ਨਾਮ ਜਿਹੜਾ ਉਹ ਸ਼ਾਮਿਲ ਕੀਤਾ ਗਿਆ, ਬਲਦੇਵ ਸਿੰਘ ਖਹਿਰਾ ਦਾ ਫਲੌਰ ਤੋਂ। ਕੀ ਲੱਗਦਾ ਕਿ ਇਸ ਤੋਂ ਇਲਾਵਾ ਵੀ ਹੋਰ ਪਾਰਟੀ ਦੇ ਵਿੱਚ ਕਈ ਚਿਹਰਿਆਂ ਨੂੰ ਜਗ੍ਹਾ ਦੇ ਦੇਣੀ ਚਾਹੀਦੀ ਸੀਗੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੂਸਟਅਪ ਹੁੰਦਾ, ਬਹੁਤ ਸਾਰੇ ਮੈਂਬਰ ਬੂਸਟਅਪ ਹੁੰਦੇ? ਨਹੀਂ, ਇਹ ਜਿਹੜੀ ਕੋਰ ਕਮੇਟੀ ਹੈ ਉਹਦੀ ਕੋਈ ਹੱਦ 'ਤੇ ਕੋਈ ਉਹਦਾ ਲੈਵਲ ਹੁੰਦਾ, ਇਸ ਕਰਕੇ ਪਾਰਟੀ 'ਚ ਤਾਂ ਹਜ਼ਾਰਾਂ ਹੀ ਬੰਦੇ ਕੰਮ ਕਰਦੇ ਹੁੰਦੇ ਨੇ। ਜੇ ਕੋਈ ਵਰਕ ਕਮੇਟੀ ਹੈ, ਕੋਈ ਕੌਂਸਲ ਹੈ, ਕੋਈ ਕਿਸ ਤਰ੍ਹਾਂ ਕਮੇਟੀਆਂ ਹਨ, ਉਹ ਸਾਰਿਆਂ 'ਚ ਹੈਗੇ, ਬੜੀਆਂ ਇੰਪੋਰਟੈਂਟ ਬਾਡੀਆਂ ਨੇ ਜਿਨ੍ਹਾਂ 'ਚ ਹੈਗੇ ਹੈ, ਲੇਕਿਨ ਇਹਦੇ ਵਿੱਚ ਇੰਨੇ ਕੁ ਬੰਦੇ ਹੁੰਦੇ ਨੇ ਜਿਹੜਾ ਕਿਸੇ ਨੂੰ ਤੁਸੀਂ ਕਹਿੰਦੇ ਹੋ ਬਾਹਰ ਦਾ ਰਸਤਾ ਦਿਖਾ ਤਾ। ਅਕਾਲੀ ਦਲ ਨੇ ਕਿਸੇ ਨੂੰ ਬਾਹਰ ਦਾ ਰਸਤਾ ਨਹੀਂ ਦਿਖਾਇਆ। ਜੇ ਕੋਈ ਆਪਣੀਆਂ ਬਾਹਰ ਚਲਾ ਗਿਆ ਤਾਂ ਅਕਾਲੀ ਦਲ ਦੇ ਕੋਈ ਵੱਸ ਦੀ ਗੱਲ ਨਹੀਂ। ਜੇ ਕੋਈ ਕਹਿੰਦਾ ਮੈਂ ਤਾਂ ਪਾਰਟੀ 'ਚ ਕੰਮ ਕਰਨਾ ਹੀ ਨਹੀਂ, ਕੋਈ ਤੁਸੀਂ ਦੱਸੋ ਕਿ ਇੰਨੇ ਦਿਨ ਅਪੀਲਾਂ, ਵਰਕਿੰਗ ਕਮੇਟੀ ਸਭ ਤੋਂ ਪਾਵਰਫੁੱਲ ਬਾਡੀ ਹੈ, ਉਹ ਵੀ ਕਹਿੰਦੇ ਨੇ, ਅਤੇ ਵਰਕਿੰਗ ਕਮੇਟੀ 'ਚੋਂ ਅਪੀਲ ਕੀਤੀ ਹੈ ਉਹਨਾਂ ਨੇ ਮੰਨੀ ਨਹੀਂ, ਅਤੇ ਫਿਰ ਉਸ ਤੋਂ ਬਾਅਦ ਕੀ ਕਰ ਸਕਦੇ ਆ ਅਕਾਲੀ ਦਲ, ਕੀ ਕਰ ਸਕਦਾ? ਸੋ ਕੋਈ ਇਹਦੇ ਨਾਲ, ਜੇ ਤੁਸੀਂ ਮੈਨੂੰ ਪੁੱਛੋ, ਮੈਂ ਆਪਣੇ ਵੱਲੋਂ ਵੀ ਕਹਿਣਾ, ਮੈਂ ਪ੍ਰਧਾਨ ਜੀ ਵੱਲੋਂ ਵੀ ਕਹਿਣਾ, ਕੋਈ ਇਸ ਗੱਲ 'ਤੇ ਕੋਈ ਖੁਸ਼ ਨਹੀਂ ਹੈ ਕਿ ਅਸੀਂ ਤਾਂ ਅਸੀਂ ਅਪੀਲ ਕਿਉਂ ਕਰਦੇ? ਵਰਕਿੰਗ ਕਮੇਟੀ ਸਭ ਤੋਂ ਵੱਡੀ ਬਾਡੀ ਹੈ, ਅਸੀਂ ਅਪੀਲ ਕਿਉਂ ਕਰਦੇ ਜੇ ਅਸੀਂ ਖੁਸ਼ ਹੁੰਦੇ? ਲੇਕਿਨ ਜੇ ਸਾਡੀ ਅਪੀਲ ਵੀ ਨਹੀਂ ਮੰਨੀ, ਆਪਣੀ ਆਪ ਚਲੇ ਗਏ, ਪੈਰਲਲ ਵਰਕ ਸ਼ੁਰੂ ਕਰਤਾ। ਪਾਰਟੀ ਤੋਂ ਕੱਢਣ ਤੋਂ ਪਹਿਲਾਂ ਇੱਕ ਵਾਰੀ ਸ਼ੋਕ ਉਸ ਨੋਟਿਸ ਜਾਰੀ ਕਰਦੇ ਸਾਨੂੰ, ਅਸੀਂ ਆਪਣੀ ਦਲੀਲ ਰੱਖਦੇ ਆ ਕੇ ਵੀ ਸਾਨੂੰ ਇਹ ਤਕਲੀਫਾਂ ਨੇ, ਇਹ ਪਾਰਟੀ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਇਸੇ ਕਰਕੇ ਹੀ ਕਹਿੰਦੇ ਅਸੀਂ ਪਾਰਟੀ ਦਾ ਨਾਮ ਅਸੀਂ ਆਪਣਾ ਰੱਖਿਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ। ਜੇ ਪਾਰਟੀ ਦੇ ਵਿੱਚ ਹੀ ਉਹਨੂੰ ਹਰ ਮੌਕਾ ਸੀ ਫਿਰ ਪਾਰਟੀ ਸੁਧਾਰ ਲਹਿਰ ਦਾ ਤਾਂ ਹੁੰਦਾ, ਜੇ ਪਾਰਟੀ 'ਚੋਂ ਕੱਢ ਦਿੱਤੇ ਹੁੰਦੇ, ਕੱਢਣ ਤੋਂ ਬਾਅਦ ਸੁਧਾਰ ਲਹਿਰ ਬਣਾਉਂਦੇ ਤਾਂ ਗੱਲ ਮੰਨੀ ਜਾ ਸਕਦੀ ਸੀ।
ਉਹ ਤਾਂ ਪਾਰਟੀ ਨੂੰ ਫੈਸਲਾ ਉਦੋਂ ਕਰਨਾ ਪਿਆ ਜਦੋਂ ਕੋਈ ਵਾਸੀ ਨਾ ਰਿਹਾ ਕਿ ਪਾਰਟੀ ਦੇ ਮੁਖਾਲਫ ਚਲੇ ਜਾਂਦੇ ਅਤੇ ਪਾਰਟੀ ਦਾ ਨਾਂ ਵਰਤੀ ਜਾਂਦੇ ਨੇ। ਦੋ ਗੱਲਾਂ ਤਾਂ ਇਕੱਠੀਆਂ ਚੱਲਦੀਆਂ ਨੇ, ਲੋਕਾਂ 'ਚ ਗਲਤ ਫਹਿਮੀ ਪੈਦਾ ਕਰਦੇ ਨੇ ਕਿ ਅਸੀਂ ਤਾਂ ਅਕਾਲੀ ਹਾਂ। ਅਕਾਲੀ ਨਹੀਂ, ਤੁਸੀਂ ਅਕਾਲੀ ਨੂੰ ਤਾਂ ਮਾਰ ਰਹੇ ਹੋ। ਫਿਲਹਾਲ ਆਉਣ ਵਾਲੇ ਸਮੇਂ 'ਚ ਸਿਆਸਤ ਦਾ ਕੀ ਰੁਕ ਰਹਿੰਦਾ ਇਹ ਵੀ ਦੇਖਣਾ ਬੇਹਦ ਅਹਿਮ ਰਹੇਗਾ। ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪ੍ਰੀਤ ਸਿੰਘ, ਚੰਡੀਗੜ੍ਹ, ਡੇਲੀ ਪੋਸਟ, ਪੰਜਾਬ ਹਰਿਆਣਾ, ਹਿਮਾਚਲ।